ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਮੌਸਮ ਦੇ ਸਬੰਧੀ ਤਾਜ਼ਾ ਜਾਣਕਾਰੀ ਵਾਲੀ ਨਵੀਂ ਵੀਡੀਓ ਲੈ ਕੇ ਹਾਜ਼ਰਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤੁਹਾਨੂੰ ਪੰਜਾਬ ਦੇ ਮੌਸਮ ਦੇ ਸਬੰਧੀ ਜਿਹੜੀ ਜਾਣਕਾਰੀ ਉਹ ਮਿਲ ਜਾਵੇਗੀ ਸੋ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਸੋ ਅੱਜ ਇਹਨਾਂ ਥਾਵਾਂ ਤੇ ਪਵੇਗਾ ਭਾਰੀ ਮੀਂਹ ਲੋਕਾਂ ਨੂੰ ਗਰਮੀ ਤੋਂ ਮਿਲੇਗੀ ਰਾਹਤ ਪੂਰੀ ਵੀਡੀਓ ਨੂੰ ਅੰਤ ਤੱਕ ਦੇਖਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜੇਗਾ ਸੋ ਜੇਕਰ ਗਰਮੀ ਮਹਿਸੂਸ ਹੁੰਦੀ ਆ ਗਰਮੀ ਤੋਂ ਰਾਹਤ ਪਾਣੀ ਚਾਹੁੰਦੇ ਹੋ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਯੈਸ ਦੋਸਤੋ ਜ਼ਰੂਰ ਲਿਖੋ ਗੱਲ ਕਰਦੇ ਆ ਮਾਨਸੂਨ ਦੀ ਜਿਹੜਾ ਕਿ ਦੱਖਣ ਭਾਰਤ ਦੇ ਵਿੱਚ ਦਸਤਕ ਦੇ ਚੁੱਕਾ ਏ ਕੇਰਲ ਕਰਨਾਟਕ ਤੋਂ ਹੁੰਦਿਆਂ ਮਹਾਰਾਸ਼ਟਰ ਦੇ ਕੁਝ ਹਿੱਸਿਆਂ ਤੱਕ ਮਾਨਸੂਨ ਪਹੁੰਚ ਚੁੱਕਾ ਏ ਹੁਣ ਉਥੋਂ 15 ਜੂਨ ਤੱਕ ਮਾਨਸੂਨ ਅੱਗੇ ਚੱਲਣ ਦੀ ਸੰਭਾਵਨਾ ਹੈ ਸੋ ਅੱਗੇ ਮਾਨਸੂਨ ਜਿਹੜਾ ਆਪਣਾ ਰਸਤਾ ਤੈਅ ਕਰਦਾ ਹੋਇਆ ਦਿੱਲੀ ਹਰਿਆਣਾ ਪੰਜਾਬ ਦੇ ਵਿੱਚ ਐਂਟਰ ਹੋਵੇਗਾ ਸੋ ਭਾਰਤੀ ਮੌਸਮ ਵਿਭਾਗ ਦੇ ਮੁਤਾਬਕ ਬੀਤੇ ਦਿਨੀ 27 ਜੂਨ ਦੇ ਨਿਰਧਾਰਤ ਸਮੇਂ ਤੋਂ ਕਰੀਬ 12 ਦਿਨ ਦੋਸਤੋ 27 ਜੂਨ ਨਿਰਧਾਰਤ ਕੀਤੀ ਗਈ ਸੀ ਮੌਸਮ ਵਿਭਾਗ ਦੇ ਵੱਲੋਂ ਪਰ ਉਸ ਤੋਂ 12 ਦਿਨ ਪਹਿਲਾਂ ਹੀ ਇਸ ਦੇ ਦਸਤਕ ਦੇਣ ਦੀ ਸੰਭਾਵਨਾ ਹੈ ਸੋ ਅੱਜ ਜਿਹੜਾ ਦੁਪਹਿਰ ਜਾਂ ਰਾਤ ਦੇ ਸਮੇਂ ਤੱਕ ਦਿੱਲੀ ਦੇ ਵਿੱਚ بارش ਹੋ ਸਕਦੀ ਆ ਮੌਸਮ ਵਿਭਾਗ ਦੇ ਮੁਤਾਬਕ ਦਿੱਲੀ ਵਾਸੀਆਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਦਰਅਸਲ ਦਿੱਲੀ ਦੇ ਵਿੱਚ ਅੱਜ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਦੇ ਵੱਲੋਂ ਇਹ ਜਿਤਾਈ ਗਈ ਹੈ ਇਸ ਦੇ ਨਾਲ ਹੀ ਧੂੜ ਭਰੀ ਹਨੇਰੀ ਚੱਲਣ ਦੀ ਸੰਭਾਵਨਾ ਵੀ ਜਿਤਾਈ ਗਈ ਆ ਪੰਜਾਬ ਦੇ ਵਿੱਚ ਤਾਂ ਰਾਤ ਤੋਂ ਹੀ ਤੇਜ਼ ਹਵਾਵਾਂ ਚੱਲ ਰਹੀਆਂ ਨੇ ਦੋਸਤੋ ਰਾਤੀ ਜੇਕਰ ਤੁਸੀਂ ਬਾਹਰ ਖੁੱਲੇ ਦੇ ਵਿੱਚ ਹਵਾ ਚੁੱਸ ਉੱਤੇ ਸੀ ਤਾਂ ਮਹਿਸੂਸ ਜ਼ਰੂਰ ਕੀਤੀਆਂ ਹੋਣਗੀਆਂ ਸ਼ਨੀਵਾਰ ਸਵੇਰੇ ਮੌਸਮ ਇੱਕ ਵਾਰ ਸੁਹਾਵਣਾ ਬਣਿਆ ਸੀ ਪਰ ਉਸ ਤੋਂ ਬਾਅਦ ਧੁੱਪ ਜਿਹੜੀ ਫਿਰ ਹੁਣ ਅਸਮਾਨ ਦੇ ਵਿੱਚ ਸੂਰਜ ਚਮਕਣਾ ਸ਼ੁਰੂ ਹੋ ਗਿਆ ਹੈ। ਹਵਾ ਦੇ ਵਿੱਚ ਠੰਡਕ ਮਹਿਸੂਸ ਕੀਤੀ ਜਾ ਸਕਦੀ ਆ ਦੋਸਤੋ ਤਪਸ਼ਾਲੀ ਹਵਾ ਜਿਹੜੀ ਨਹੀਂ ਲੱਗ ਰਹੀ। ਸੋ ਰਫਤਾਰ ਆ ਜਿਹੜੀ ਇੱਕ ਵਾਰ 40 ਕਿਲੋਮੀਟਰ ਤੱਕ ਪੀਕ ਤੇ ਪਹੁੰਚ ਗਈ ਸੀ ਪਰ ਹੁਣ ਹਵਾ ਦੀ ਰਫਤਾਰ ਫਿਰ ਇੱਕ ਵਾਰ ਮੱਠੀ ਪੈਂਦੀ ਜਾ ਰਹੀ ਆ, ਘਟਦੀ ਜਾ ਰਹੀ ਆ। ਮੌਸਮ ਵਿਭਾਗ ਨੇ ਦੱਸਿਆ ਹੈ ਕਿ ਸ਼ਨੀਵਾਰ ਦੁਪਹਿਰ ਤੋਂ ਬਾਅਦ ਸ਼ਾਮ ਦੇ ਸਮੇਂ ਬੱਦਲ ਅਸਮਾਨ ਦੇ ਵਿੱਚ ਛਾ ਜਾਣਗੇ। ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਥੋੜੀ ਹਨੇਰੀ ਵੀ ਚੱਲੇਗੀ, ਹਲਕੀ بارش ਦੀ ਵੀ ਸੰਭਾਵਨਾ ਹੈ। ਦੋਸਤੋ ਜੇਕਰ ਤੁਹਾਡੇ ਨਾਲ ਆਪਾਂ ਟੈਂਪਰੇਚਰ ਦੀ ਗੱਲ ਕਰੀਏ ਪੰਜਾਬ ਦੇ ਤਾਪਮਾਨ ਦੀ ਗੱਲ ਕਰੀਏ ਜਿਹੜਾ ਵੱਧ ਤੋਂ ਵੱਧ 37 ਡਿਗਰੀ ਸੈਲਸੀਅਸ ਤੱਕ ਜਾ ਸਕਦਾ ਹੈ ਘੱਟ ਤੋਂ ਘੱਟ 24 ਡਿਗਰੀ ਤੇ ਆ ਸਕਦਾ ਹੈ ਮੌਸਮ ਵਿਭਾਗ ਦੀ ਮੰਨੀਏ ਤਾਂ ਅਗਲੇ 30 24 ਘੰਟਿਆਂ ਦੇ ਵਿੱਚ 30 ਤੋਂ 40 ਕਿਲੋਮੀਟਰ ਦੀ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਵਾ ਚੱਲ ਸਕਦੀ ਆ ਦਿੱਲੀ ਦੇ ਵਿੱਚ ਅਗਲੇ 5 ਦਿਨਾਂ ਤੱਕ ਮੌਸਮਾ ਜਿਹੜਾ ਉਹ ਆਪਣਾ ਪ੍ਰਕੋਪ ਦਿਖਾਉਂਦਾ ਰਹੇਗਾ بارش ਸਮੇਤ ਧੂੜ ਭਰੀ ਹਨੇਰੀ ਦਿੱਲੀ ਦੇ ਵਿੱਚ ਚੱਲ ਸਕਦੀ ਆ ਹਲਕੀ بارش ਹੋ ਸਕਦੀ ਆ ਅਗਲੇ 5 ਦਿਨ ਤੱਕ ਇਹ ਸਾਰਾ ਸਿਸਟਮ ਜਾਰੀ ਰਹੇਗਾ ਬੀਤੇ ਦਿਨ ਦਿੱਲੀ ਦੇ ਵਿੱਚ ਹੋਮਸਪਰੀ ਗਰਮੀ ਦੇਖਣ ਨੂੰ ਮਿਲ ਰਹੀ ਸੀ ਕਿਉਂਕਿ ਕਿਸਾਨ ਉੱਥੇ ਬਹੁਤ ਬੈਠੇ ਹੋਏ ਨੇ ਸੋ ਲੇਟੈਸਟ ਅਪਡੇਟ ਉਥੋਂ ਤੁਹਾਡੇ ਨਾਲ ਜਿਹੜੀ ਸਾਂਝੀ ਕੀਤੀ ਸੀ ਸੋ ਤਾਪਮਾਨ ਕਿਸਾਨਾਂ ਦੇ ਦੱਸਣ ਮੁਤਾਬਕ 39 ਤੋਂ 40 41 42 ਤੱਕ ਵੀ ਜਾਂਦਾ ਸੀ ਪਰ ਹੁਣ ਇਹ 1 ਡਿਗਰੀ ਘਟ ਗਿਆ ਧੰਨਵਾਦ